ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਮੈਂ ਇੰਤਿਆਜ਼ ਬਰਾੜ ਅਤੇ ਚੜਦੀ ਗਲਾ ਟਾਈਮ ਟੀਵੀ ਦੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਲਵਿੰਦਰ ਸਿੰਘ ਮਾਲੀ ਦੀਆਂ ਵਿਵਾਦਿਤ ਟਿੱਪਣੀਆਂ ਮਗਰੋਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਅੱਜ ਵੱਡੀ ਮੀਟਿੰਗ ਚੱਲ ਰਹੀ ਹੈ ਇਸ ਮੀਟਿੰਗ 'ਚ 22 ਦੇ ਕਰੀਬ ਵਿਧਾਇਕਾਂ ਦੇ ਪੁੱਜਣ ਦੀ ਖਬਰ ਆਈ ਸੀ ਅਤੇ ਇਹ ਵੀ ਦੱਸਦੀ ਹੈ ਕਿ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 26 ਤਰੀਕ ਨੂੰ ਹੋ ਰਹੀ ਹੈ ਅਤੇ ਇਸ ਮੀਟਿੰਗ ਤੋਂ ਪਹਿਲਾਂ ਮੰਤਰੀ ਬਾਜਵਾ ਦੇ ਘਰ ਸਿੱਧੂ ਧੜੇ ਦੇ ਵਿਧਾਇਕ ਅਤੇ ਮੰਤਰੀ ਇਕੱਠੇ ਹੋਏ ਹੋਏ ਨੇ ਅਤੇ ਦਰਸਾਲ ਮਲਵਿੰਦਰ ਸਿੰਘ ਮਾਲੀ ਦੇ ਵੱਲੋਂ ਲਗਾਤਾਰ ਵਿਵਾਦਿਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਹੁਣ ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵੀ ਨਿੱਜੀ ਹਮਲੇ ਕੀਤੇ ਹਨ ਹਾਲਾਂਕਿ ਨਵਜੋਤ ਸਿੰਘ ਸਿੱਧੂ ਵੱਲੋਂ ਇਸ ਬਿਆਨਬਾਜ਼ੀ ਤੋਂ ਬਾਅਦ ਆਪਣੇ ਸਲਾਹਕਾਰਾਂ ਨੂੰ ਤਲਬ ਕੀਤਾ ਗਿਆ ਸੀ ਆਪਣੀ ਰਹਿائش ਵਿਕੇ ਪਰ ਉਸ ਤੋਂ ਬਾਅਦ ਆ ਸਿੱਧੂ ਵੱਲੋਂ ਮਾਲਵਿੰਦਰ ਸਿੰਘ ਮਾਲੀ ਅਤੇ ਡਾਕਟਰ ਪਿਆਰੇ لال ਗਰਗ ਨੂੰ ਪਟਿਆਲਾ 'ਚ ਮੀਟਿੰਗ ਵਾਸਤੇ ਸੱਦਾ ਗਿਆ ਸੀ ਇਸ ਮੁੱਦੇ ਤੋਂ ਬਾਅਦ ਮੰਤਰੀ ਬਾਜਵਾ ਦੇ ਘਰ ਅੱਜ ਸਿੱਧੂ ਟੜੇ ਦੇ ਵਿਧਾਇਕਾਂ ਅਤੇ ਮੰਤਰੀਆਂ ਦੀ ਮੀਟਿੰਗ ਜਿਹੜੀ ਹੈਗੀ ਹੈ ਉਹ ਲਗਾਤਾਰ ਚੱਲ ਰਹੀ ਹੈ ਹੁਣ ਇਸ ਸਿਚੁਏਸ਼ਨ ਦੇ ਵਿੱਚ ਸਭ ਤੋਂ ਵੱਡਾ ਟਰਨਿੰਗ ਪੁਆਇੰਟ ਜਿਹੜਾ ਆ ਰਿਹਾ ਹੈ ਉਹ ਇੱਥੇ ਆ ਰਿਹਾ ਹੈ ਕਿ ਇਸ ਮੀਟਿੰਗ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਇੱਕ ਇਸ ਪ੍ਰਕਾਰ ਦੇ ਬਗਾਵਤ ਭਰੇ ਸੂਰ ਜਿਹੜੇ ਹੈਗੇ ਨੇ ਉਹ ਬੁਲੰਦ ਕਰ ਦਿੱਤੇ ਗਏ ਨੇ ਜਿਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਇਸ ਮੁੱਖ ਮੰਤਰੀ ਤੋਂ ਕਿਸੇ ਵੀ ਪ੍ਰਕਾਰ ਦੇ ਮਸਲੇ ਜਿਹੜੇ ਹੈਗੇ ਨੇ ਉਹ ਹੱਲ ਨਹੀਂ ਹੋਣਗੇ ਇੱਥੇ ਬਹੁਤ ਸਾਰੇ ਵਿਧਾਇਕਾਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਤੋਂ ਇਹ ਜਿਹੜੇ ਹਰਫ ਸੁਨੇ ਗਏ ਨੇ ਇਹ ਸੁਨੇ ਗਏ ਨੇ ਅਤੇ ਇਸ ਦੇ ਦਰਮਿਆਨ ਹੀ ਉਹਨਾਂ ਨੇ ਨਾਲ ਹੀ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਪੰਜਾਬ ਦੀ ਜਨਤਾ ਦੇ ਜਿਨ੍ਹਾਂ ਨੇ ਕੀ ਵੋਟਾਂ પાਕੇ ਉਹਨਾਂ ਨੂੰ ਅੱਗੇ ਲਿਆਉਣ ਦੇ ਵਾਸਤੇ ਕੋਸ਼ਿਸ਼ ਕੀਤੀ ਉਹ ਹਰ ਵਕਤ ਸਵਾਲ ਪੁੱਛਦੇ ਨੇ ਕਿ ਫਲਾਨੇ ਸਿਚੁਏਸ਼ਨ ਦੇ ਵਿੱਚ ਕੀ ਹੋਇਆ ਹੁਣ ਖਾਸ ਤੌਰ ਤੇ ਉਹਨਾਂ ਨੇ ਟਾਰਗੇਟ ਜਿਹੜੀ ਚੀਜ਼ਾਂ ਨੂੰ ਕੀਤਾ ਉਹ ਕੀਤਾ ਏ ਕਿ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਜਿਹੜੀ ਵੀ ਹੈਗੀ ਸੀ ਸਿਚੁਏਸ਼ਨ ਉਹਦੇ ਉੱਪਰ ਜਵਾਬਦੇਹੀ ਬਣਦੀ ਹੈ ਜਾਂ ਨਹੀਂ ਜੇਕਰ ਬਣਦੀ ਹੈ ਤਾਂ ਫਿਰ ਕਿਸ ਦੀ ਬਣਦੀ ਹੈ ਇਸ ਦੇ ਵਿੱਚ ਕਰਕੇ ਉਹਨਾਂ ਨੇ ਸਾਫ਼-ਸਾਫ਼ ਤਰੀਕੇ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟਾਰਗੇਟ ਕੀਤਾ ਏ ਉਹਨਾਂ ਨੇ ਸਾਫ਼ ਕਿਹਾ ਏ ਕਿ ਇਸ ਮੁੱਖ ਮੰਤਰੀ ਤੋਂ ਸਾਡੇ ਮਸਲੇ ਜਿਹੜੇ ਹੈਗੇ ਨੇ ਆਉਣ ਵਾਲੇ ਸਮੇਂ ਵਿੱਚ ਹੱਲ ਨਹੀਂ ਹੋਣ ਵਾਲੇ ਇਸ ਕਰਕੇ ਉਹਨਾਂ ਨੇ ਲੀਡਰਸ਼ਿਪ ਨੂੰ ਬਦਲਣ ਦੀ ਕਵਾਇਦ ਦੇ ਉੱਪਰ ਜ਼ੋਰ ਦੇਣ ਦੀ ਗੱਲ ਕੀਤੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਕੱਲੇ ਬੇਅਦਬੀ ਦੇ ਮਾਮਲੇ ਦੇ ਉੱਪਰ ਹੀ ਜ਼ਿਆਦਾ ਚਰਚਾ ਨਹੀਂ ਕੀਤੀ ਨਾਲੋਂ ਨਾਲ ਪੰਜਾਬ ਦੇ ਲੋਕਾਂ ਦੀ ਇੱਕ ਹੋਰ ਜਿਹੜੀ ਮੁਸ਼ਕਲ ਚੱਲ ਰਹੀ ਸੀ ਲਗਾਤਾਰ ਚੱਲ ਰਹੀ ਸੀ ਉਹ ਮੁਸ਼ਕਲ ਕੀ ਸੀ ਉਹ ਸੀ ਬਿਜਲੀ ਦੇ ਮਸਲੇ ਦੇ ਉੱਪਰ ਲਗਾਤਾਰ ਚੱਲ ਰਹੀ ਸਿਚੁਏਸ਼ਨ ਅਤੇ ਇਸ ਸਿਚੁਏਸ਼ਨ ਦਾ ਹੱਲ ਕੱਢਣ ਦੇ ਵਾਸਤੇ ਵੀ ਉਹਨਾਂ ਦੇ ਵੱਲੋਂ ਲਗਾਤਾਰ ਲੋਕਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿੱਥੇ ਕਿ ਆਮ ਲੋਕ ਜਿਹੜੇ ਹੈਗੇ ਨੇ ਉਹ ਵਿਧਾਇਕਾਂ ਨੂੰ ਸਵਾਲ ਪੁੱਛਦੇ ਨੇ ਤਾਂ ਇਸ ਗੱਲ ਦਾ ਵੀ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਇਸ ਤੋਂ ਇਲਾਵਾ ਪੰਜਾਬ ਦੇ ਮਸਲਿਆਂ ਦੇ ਵਿੱਚੋਂ ਇੱਕ ਮਸਲਾ ਜਿਹੜਾ ਕਿ ਸਭ ਤੋਂ ਵੱਡਾ ਮਸਲਾ ਹੈ ਉਹ ਹੈਗਾ ਇਹ ਬੇਰੋਜ਼ਗਾਰੀ ਦਾ ਉਹਨਾਂ ਨੇ ਕਿਹਾ ਕਿ ਬੇਰੋਜ਼ਗਾਰੀ ਦੇ ਮਸਲੇ ਦੇ ਉੱਪਰ ਕਿਸੇ ਵੀ ਪ੍ਰਕਾਰ ਦੀ ਜਿਹੜੀ ਹੈਗੀ ਆ ਰਣਨੀਤੀ ਨਾ ਬਣਾ ਕੇ ਆਪਣੇ ਆਪ ਨੂੰ ਹਰ ਪਾਸਿਓਂ ਇੱਕ ਨਕਾਰਾਤਮਕ ਵਾਲੀ ਜਿਹੜੀ ਹੈਗੀ ਛਵੀ ਉਸ ਨੂੰ ਪੇਸ਼ ਕਰ ਰਹੇ ਨੇ ਅਤੇ ਇਸ ਸਿਚੁਏਸ਼ਨ ਦੇ ਵਿੱਚ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ 2022 ਚ ਆ ਰਹੀਆਂ ਨੇ ਅਗਲੇ ਵੇਰੇ ਉਸ ਦੇ ਵਿੱਚ ਕਿਸ ਪ੍ਰਕਾਰ ਦੇ ਨਾਲ ਆਉਣ ਵਾਲੀ ਰਣਨੀਤੀ ਨੂੰ ਅਸੀਂ ਸਾਰੇ ਅੰਜਾਮ ਦੇ ਸਕਾਂਗੇ ਕਿਸ ਪ੍ਰਕਾਰ ਦੇ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਲੋਕਾਂ ਦੇ ਬੂਹੇ ਦੇ ਉੱਪਰ ਜਾ ਕੇ ਦਸਤਕ ਦੇਵਾਂਗੇ ਕਿ ਹਾਂਜੀ ਸਾਨੂੰ ਵੋਟ ਪਾਓ ਕਿਉਂਕਿ ਪਹਿਲਾਂ ਦੇ ਮਸਲੇ ਹੀ ਜਦੋਂ ਹੱਲ ਨਹੀਂ ਹੋਏ ਤਾਂ ਫਿਰ ਆਉਣ ਵਾਲੇ ਵਕਤ ਦੇ ਵਿੱਚ ਕਿਸ ਪ੍ਰਕਾਰ ਦੇ ਮਸਲਿਆਂ ਦੇ ਉੱਪਰ ਉਹਨਾਂ ਦੇ ਵੱਲੋਂ ਗੱਲਾਂ ਕੀਤੀਆਂ ਜਾਣਗੀਆਂ ਜਾਂ ਫਿਰ ਟਿੱਪਣੀਆਂ ਸੁਣੀਆਂ ਜਾਂ ਸੁਣਾਈਆਂ ਜਾਣਗੀਆਂ ਖੈਰ ਇਸ ਵਕਤ ਦੀ ਸਭ ਤੋਂ ਵੱਡੀ ਜਿਹੜੀ ਖਬਰ ਹੈ ਉਹ ਇਹ ਹੈ ਅ ਬਾਜਵਾ ਦੇ ਘਰ ਜਿਹੜੀ ਇਹ ਮੀਟਿੰਗ ਚੱਲ ਰਹੀ ਹੈ ਇਸ ਮੀਟਿੰਗ ਦੇ ਵਿੱਚ ਬਹੁਤ ਸਾਰੇ ਬਗਾਵਤੀ ਸੁਰ ਇਸ ਵਕਤ ਉੱਠ ਰਹੇ ਨੇ ਅਤੇ ਇਹਨਾਂ ਵਿੱਚੋਂ ਖਾਸ ਤੌਰ ਤੇ ਕੈਬਨਟ ਦਾ ਹਿੱਸਾ ਰਹਿ ਚੁੱਕੇ ਨੇ ਜਿਹੜੇ ਇਸ ਵਕਤ ਕੈਬਨਟ ਦੇ ਹਿੱਸੇ ਦੇ ਵਿੱਚ ਕੰਮ ਵੀ ਕਰ ਰਹੇ ਨੇ ਚਰਨਜੀਤ ਸਿੰਘ ਚੰਨੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਇਸ ਬਗਾਵਤੀ ਸੁਰ ਨੂੰ ਉੱਚਾ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਲੀਡਰਸ਼ਿਪ ਦੇ ਵਿੱਚ ਕਿਸੇ ਨਾ ਕਿਸੇ ਪ੍ਰਕਾਰ ਦੇ ਨਾਲ ਸਾਨੂੰ ਬਦਲਾਅ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਦੇ ਕਰਕੇ ਉਹਨਾਂ ਨੇ ਕਬੈਦਾਂ ਵੀ ਕਰੀਆਂ ਅਤੇ ਨਾਲ ਜਿਹੜੇ ਉਹਨਾਂ ਦੇ ਸਾਥੀ ਸੀ ਉਹਨਾਂ ਦੇ ਵਿਧਾਇਕ ਧੜੇ ਉਹਨਾਂ ਦੇ ਵੱਲੋਂ ਵੀ ਇਸ ਚੀਜ਼ ਦੀ ਹਿਮਾਇਤ ਕੀਤੀ ਜਾ ਰਹੀ ਹੈ ਹੁਣ ਕਿਸ-ਕਿਸ ਦੇ ਵੱਲੋਂ ਇਸ ਚੀਜ਼ ਦੀ ਹਿਮਾਇਤ ਕੀਤੀ ਜਾ ਰਹੀ ਹੈ ਇਹ ਵੇਖਣਾ ਫਿਲਹਾਲ ਦੀ ਘੜੀ ਬਾਕੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹ ਜਿਹੜੀ ਮੀਟਿੰਗ ਹੈ ਅੱਜ ਦੀ ਮੀਟਿੰਗ 24 ਅਗਸਤ ਨੂੰ ਬਾਜਵਾ ਦੇ ਘਰ ਦੇ ਵਿੱਚ ਹੋਣ ਵਾਲੀ ਹੈ ਮੀਟਿੰਗ ਕੀ ਪੰਜਾਬ ਦੀ ਆਉਣ ਵਾਲੀਆਂ ਜਿਹੜੀ ਇਲੈਕਸ਼ਨ ਨੇ ਉਹਨਾਂ ਵਿੱਚ ਪੰਜਾਬ ਦੇ ਕਾਂਗਰਸ ਦਾ ਤਕਦੀਰ ਦਾ ਫੈਸਲਾ ਜਿਹੜਾ ਹੈਗਾ ਇਹ ਚੇਂਜ ਕਰਨ ਦੇ ਵਾਸਤੇ ਸਹਾਇੀ ਹੋਵੇਗਾ ਜਾਂ ਫਿਰ ਨਹੀਂ ਹੋਵੇਗਾ ਇਸ ਦੇ ਬਾਰੇ ਵਿੱਚ ਜਿਸ ਵੀ ਪ੍ਰਕਾਰ ਦੇ ਅਪਡੇਟ ਆਉਣਗੇ ਉਹ ਤੁਹਾਨੂੰ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਰਹਾਂਗੇ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ